ਸਤਿ ਸ਼੍ਰੀ ਅਕਾਲ ਜੀ, ਵੈਲਕਮ। ਅੱਜ ਤੁਹਾਡਾ ਮੇਰੇ ਚੈਨਲ ਬੀ ਸਟਾਈਲਿਸ਼ 'ਤੇ, ਅਤੇ ਅੱਜ ਆਪਾਂ ਤੁਹਾਡੇ ਨਾਲ ਹੈਂਡਵਰਕ ਦੇ ਜਿਹੜੇ ਡਿਜ਼ਾਈਨ ਆ ਕੁਛ ਸ਼ੇਅਰ ਕਰ ਰਹੇ ਹਾਂ। ਸੋ ਇਹ ਤੁਸੀਂ ਹੈਵੀ ਪਾਰਟੀ ਵੇਅਰ ਸੂਟਸ ਆਪਣੇ ਫੰਕਸ਼ਨ ਦੇ ਅਕੋਰਡਿੰਗ ਬਣਾ ਸਕਦੇ ਹੋ। ਅਗਰ ਤੁਸੀਂ ਵਰੀ ਦੇ ਸੂਟ ਬਣਾਉਣੇ ਆ ਤਾਂ ਤੁਸੀਂ ਉਹਨਾਂ ਦੇ ਵਿੱਚ ਵੀ ਇਹ ਸੂਟ ਆ ਜਿਹੜੇ ਲਗਾ ਸਕਦੇ ਹੋ। ਸੋ ਜਿਹੜਾ ਸਟੱਫ ਹੋਊਗਾ ਜੀ, ਉਹ ਤੁਹਾਡੀ ਚੋਇਸ 'ਤੇ ਹੋਊਗਾ, ਤੁਸੀਂ ਸੈਮੀ ਜਾਂ ਪਿਓਰ ਲੈਣਾ ਚਾਹੁੰਦੇ ਹੋ। ਸੋ ਸਾਰਿਆਂ ਦੇ ਜਿਹੜੀ ਰੇਂਜ ਆ ਡਿਫਰੈਂਟ ਹੋ ਜਾਂਦੀ ਹੈ। ਅਗਰ ਤੁਸੀਂ ਸੈਮੀ ਦੇ ਵਿੱਚ ਜਾਓਗੇ ਤਾਂ ਅਲੱਗ ਹੋਊਗੀ, ਅਗਰ ਤੁਸੀਂ ਪਿਓਰ ਦੇ ਵਿੱਚ ਜਾਓਗੇ ਤਾਂ ਅਲੱਗ ਹੋਊਗੀ। ਜਿਹੜੀ ਅਸੀਂ ਤੁਸੀਂ ਸਕਰੀਨਸ਼ਾਟ ਭੇਜੋਗੇ, ਉਸ ਨੂੰ ਪ੍ਰਾਈਸ ਦੱਸਾਂਗੇ, ਉਹ ਸੈਮੀ ਦੇ ਵਿੱਚ ਹੋਊਗਾ। ਸੈਮੀ ਜਾਰਜਰ, ਸੈਮੀ ਕਰੀਪਸ, ਉਸ ਅਸੀਂ ਸੇਮ ਰੇਟ 'ਚ, ਸੇਮ ਰੇਟ ਹੁੰਦਾ ਜੀ ਪ੍ਰਾਈਸ ਦਾ। ਸੋ ਅਗਰ ਤੁਸੀਂ ਪਿਓਰ ਮੈਂਸ਼ਨ ਕਰੋਗੇ ਵੀ ਅਸੀਂ ਪਿਓਰ ਚਾਹੀਦਾ, ਤਾਂ ਤੁਹਾਨੂੰ ਅਲੱਗ ਜਿਹੜੀ ਡਿਫਰੈਂਟ ਅਸੀਂ ਰੇਂਜ ਦੇਵਾਂਗੇ। ਸੋ ਇਹ ਸੈਮੀ ਤੇ ਬਣੇ ਹੋਏ ਆ ਜੀ, ਬਹੁਤ ਹੀ ਬਰਾਊਨਿਸ਼ ਆ ਜਿਹੜਾ ਸੂਟ ਹੈ, ਬਰਾਊਨਿਸ਼ ਬੇਜ ਦਾ ਸ਼ੇਡ ਹੈਗਾ। ਇਹ ਦਬਕਾ ਵਰਕ ਹੋਇਆ ਹੋਇਆ ਜੀ, ਬਹੁਤ ਹੀ ਪਿਆਰਾ। ਸੋ ਨੀਚੇ ਕੱਟ ਵਰਕ ਹੈ, ਉੱਪਰ ਤੱਕ ਆ ਜਿਹੜੇ ਇਹਦੇ ਇਸ ਤਰ੍ਹਾਂ ਵਿੱਚ ਵਰਕ ਕੀਤਾ ਹੋਇਆ, ਇਸ ਤਰ੍ਹਾਂ ਜਿਹੜੇ ਪੋਟਲੀ ਬਟਨ ਦਿੱਤੇ ਹੋਏ ਆ, ਇਸ ਤਰ੍ਹਾਂ ਬਾਜੂ ਦਾ ਵਰਕ ਹੈ ਜੀ ਇਹਦਾ। ਸੋ ਇਹਦਾ ਦੁਪੱਟਾ ਜਿਹੜਾ ਆਪਾਂ ਸਾਰੇ ਚਨੌਨ ਦੇ ਕੀਤੇ ਆ, ਤੁਸੀਂ ਜਿਹੜਾ ਦੁਪੱਟੇ ਹੈਗੇ ਆ ਔਰਗੈਂਜ਼ਾ ਵੀ ਕਰ ਸਕਦੇ ਹੋ। ਸੋ ਇਸ ਤਰ੍ਹਾਂ ਜਿਹੜਾ ਫੋਰ ਸਾਈਡ ਹੈਵੀ ਕੱਟ ਵਰਕ ਹੈ ਜੀ, ਇੱਕ ਸਾਈਡ ਆ ਜਿਹੜੀ ਹੈਵੀ ਦਬਕਾ ਵਰਕ ਦੀ ਕੀਤੀ ਹੋਈ ਹੈ। ਇਹ ਅਸੀਂ ਕਾਫੀ ਕਲਰਸ ਦੇ ਵਿੱਚ ਆ ਜਿਹੜਾ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ, ਅਤੇ ਜਿਹੜਾ ਅਸੀਂ ਸਿੱਪ ਦੇ ਕੇ ਸਾਰੇ ਦੁਪੱਟੇ ਦੇ ਵਿੱਚ ਇਹਨੂੰ ਫਿਲ ਕੀਤਾ ਹੋਇਆ। ਸੋ ਜਿਹੜਾ ਕੱਟ ਵਰਕ ਹੈਵੀ ਹੈਗਾ ਜੀ, ਉਹ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਫੋਰ ਸਾਈਡ ਹੈ। ਸੋ ਇਹ ਦਬਕਾ ਵਰਕ ਹੈ ਜੀ, ਕਾਫੀ ਜਿਹੜਾ ਹੈਵੀ ਹੋ ਜਾਂਦਾ। ਸੋ ਜਿਸ ਤਰ੍ਹਾਂ ਸੂਟ ਹੁੰਦਾ ਉਸ ਤਰ੍ਹਾਂ ਜਿਹੜੀ ਉਹਦੀ ਪ੍ਰਾਈਜ਼ ਆ ਚਲੀ ਜਾਂਦੀ ਹੈ। ਸੋ ਨੈਕਸਟ ਸੂਟ ਹੈਗਾ ਜੀ ਰੋਇਲ ਬਲੂ ਸ਼ੇਡ 'ਤੇ। ਸੋ ਬਹੁਤ ਹੀ ਪਿਆਰਾ ਇਹਦੀ ਲੁੱਕ ਆਈ ਹੈ। ਸੋ ਤੁਸੀਂ ਇਹਨੂੰ ਐਜ਼ ਇਟ ਇਜ਼ ਵੀ ਬਣਾ ਸਕਦੇ ਹੋ। ਜਿਵੇਂ ਆਪਣੇ ਬਾਹਰ ਕਸਟਮਰ ਆ ਸਾਰੇ, ਉਹ ਇਸ ਸ਼ੇਡ ਨੂੰ ਕਾਫੀ ਜਿਵੇਂ ਬਣਾਉਂਦੇ ਆ ਵੈਦਰ ਦੇ ਅਕੋਰਡਿੰਗ, ਉਹਨਾਂ ਲਈ ਸੈੱਟ ਵੀ ਹੈ। ਸੋ ਇਹ ਜਿਵੇਂ ਇਹਦੇ 'ਚ ਕਲਰ ਕੰਬੀਨੇਸ਼ਨ ਅਸੀਂ ਬਹੁਤ ਹੀ ਪਿਆਰੇ ਦਿੱਤੇ ਹੋਏ ਆ। ਸੋ ਬਹੁਤ ਪਿਆਰੀ ਲੁੱਕ ਆਈ ਹੈ ਜੀ ਇਹ। ਫੁੱਲ ਹੈਵੀ ਸੂਟ ਬਣਦਾ ਜੀ ਇਹ। ਇਹ ਜਾਰਜਟ 'ਤੇ ਬਣਿਆ ਹੋਇਆ, ਸੈਮੀ ਜਾਰਜਟ ਦੇ ਉੱਪਰ, ਔਰ ਇਹਦੇ ਇਸ ਤਰ੍ਹਾਂ ਅਸੀਂ ਕਲਰਫੁੱਲ ਜਿਹੜਾ ਚੰਪਾ ਦੇ ਕੇ ਨਾਲ ਜਿਹੜੀ ਲੇਸ ਦਿੱਤੀ ਹੋਈ ਹੈ। ਸੋ ਇਹਦੀ ਲੁੱਕ ਹੈ ਜਿਹੜੀ ਤੁਸੀਂ ਦੁਬਾਰਾ ਦੇਖ ਸਕਦੇ ਹੋ, ਬਹੁਤ ਹੀ ਪਿਆਰੀ ਹੈ। ਬਹੁਤ ਹੀ ਪਿਆਰੇ ਕਲਰ ਜਿਹੜੇ ਅਸੀਂ ਸਿੱਪੀ ਦੇ ਦਿੱਤੇ ਹੋਏ ਆ, ਸੋਬਰ ਵੀ ਹੈ ਔਰ ਬ੍ਰਾਈਟ ਵੀ ਹੈ। ਸੋ ਜਿਸ ਤਰ੍ਹਾਂ ਸੂਟ ਹੈ, ਸੂਟ ਦੇ ਅਕੋਰਡਿੰਗ ਅਸੀਂ ਉਸ ਤਰ੍ਹਾਂ ਦੇ ਜਿਹੜੇ ਕਲਰ ਕੰਬੀਨੇਸ਼ਨ ਲੈਂਦੇ ਹਾਂ ਜੀ, ਕਿਉਂਕਿ ਬਹੁਤ ਹਾਰਡਲੀ ਜਿਹੜੇ ਕਲਰ ਅਸੀਂ ਹਾਰਡ ਪਿੱਕ ਨਹੀਂ ਕਰਦੇ। ਸੋ ਸੋਬਰ ਜੀ ਸਾਡੀ ਡਿਜ਼ਾਈਨਿੰਗ ਹੈ ਸਾਰੇ, ਜਿਵੇਂ ਕਿ ਜੋ ਵੀ ਕਸਟਮਰ ਆਪਣੇ ਨਾਲ ਜੁੜਿਆ ਹੋਇਆ, ਸੋ ਆਪਣੀ ਚੋਇਸ ਦੇ ਅਕੋਰਡਿੰਗ ਹੀ ਜਿਹੜਾ ਜੁੜਿਆ ਹੋਇਆ, ਕਿਉਂਕਿ ਅਸੀਂ ਜ਼ਿਆਦਾ ਜਿਹੜੇ ਭੜਕੀਲੇ ਸ਼ੇਡ ਹੈ ਜਿਹੜੇ ਉਹ ਨਹੀਂ ਯੂਜ਼ ਕਰਦੇ। ਸੋ ਸੋਬਰ ਜੇ ਰੋਇਲ ਜੀ ਲੁੱਕ ਜਿਵੇਂ ਅਸੀਂ ਸੂਟਸ ਦੇ ਉੱਪਰ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹਦੇ ਵਿੱਚ ਬੋਟਮ ਦੇ ਵਿੱਚ ਅਸੀਂ ਪਲਾਜ਼ੋ ਬਣਾਇਆ ਹੋਇਆ ਜੀ, ਸੋ ਤੁਸੀਂ ਵੀ ਟਰਾਈ ਕਰ ਸਕਦੇ ਹੋ। ਨੈਕਸਟ ਸੂਟ ਹੈਗਾ ਜੀ ਰੂਬੀ ਸ਼ੇਡ ਦੇ ਉੱਪਰ, ਇਹ ਵੀ ਸੈਮੀ ਕਰੇਪ ਦੇ ਉੱਪਰ ਬਣਿਆ ਹੋਇਆ ਸੂਟ ਹੈ। ਕਲਰ ਕੰਬੀਨੇਸ਼ਨ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਦੇ ਸਕਦੇ ਹੋ ਜੀ। ਕੁਝ ਸੂਟ ਹੈ ਜਿਹੜੇ ਮਿਲ ਡਾਈਡ ਆਉਂਦੇ ਆ, ਕੁਝ ਕਲਰ ਨਹੀਂ ਸੂਟ ਕਰਦੇ, ਤਾਂ ਉਹਨੂੰ ਅਸੀਂ ਡਾਈ ਵੀ ਕਰਵਾਉਂਦੇ ਹਾਂ। ਸੋ ਇਸ ਤਰ੍ਹਾਂ ਇਹ ਜਿਹੜਾ ਸੂਟ ਹੈਗਾ, ਇਹ ਵੀ ਬਹੁਤ ਹੀ ਪਿਆਰਾ ਸੂਟ ਹੈ। ਇਸ ਤਰ੍ਹਾਂ ਸਾਰੇ ਉੱਪਰ ਤੱਕ ਹੈ ਜਿਹੜਾ ਇਹਦਾ ਲੁੱਕ ਹੈ। ਇਹਦੇ ਬੋਟਮ ਦੇ ਉੱਪਰ ਵਰਕ ਹੈਗਾ ਜੀ, ਸਟਰੇਟ ਬੋਟਮ ਹੈ। ਵਰਕ ਸਿਰਫ ਸਟਰੇਟ ਬੋਟਮ 'ਤੇ ਹੀ ਹੋਊਗਾ ਜੀ, ਕਿਉਂਕਿ ਜਦੋਂ ਪਹੁੰਚੇ ਵਾਲੀ ਸਲਵਾਰ ਉਹ ਹੈਵੀ ਹੋ ਜਾਂਦੀ ਹੈ, ਉਹਦੇ 'ਤੇ ਜਿਹੜਾ ਵਰਕ ਹੈ ਉਹ ਸਹੀ ਨਹੀਂ ਲੱਗਦਾ। ਉਹਦੇ ਉੱਪਰ ਬੂਟੀ ਵਗੈਰਾ ਜ਼ਰੂਰ ਦੇ ਸਕਦੇ ਹਾਂ ਪਹੁੰਚੇ ਦੇ ਵਿੱਚ, ਅਸੀਂ ਨੀਚੇ ਜਿਹੜਾ ਬਾਰਡਰ ਨਹੀਂ ਬਣ ਸਕਦਾ। ਸੋ ਇਸ ਤਰ੍ਹਾਂ ਇਹ ਵਰਕ ਕੀਤਾ ਹੋਇਆ, ਔਰ ਇਹਦਾ ਦੁਪੱਟਾ ਜਿਹੜਾ ਚਨੌਨ ਦਾ ਜੀ, ਕਾਫੀ ਹੈਵੀ ਦੁਪੱਟਾ ਹੈ। ਇਸ ਤਰ੍ਹਾਂ ਜਿਹੜੇ ਪੱਲੇ ਬਣੇ ਹੋਏ ਆ ਜੀ, ਹੈਵੀ ਹੈ। ਦੂਸਰੀ ਸਾਈਡ ਲੰਬੀ ਸਾਈਡ ਆ ਜਿਹੜਾ, ਇਸ ਤਰ੍ਹਾਂ ਕੱਟ ਵਰਕ ਦਿੱਤਾ ਹੋਇਆ। ਇਸ ਤਰ੍ਹਾਂ ਵਿੱਚ ਹੈ ਜਿਹੜਾ, ਸਾਰੇ ਦੇ ਵਿੱਚ ਜਿਹੜੀਆਂ ਲਾਈਨਸ ਹੈ ਔਰ ਵਿੱਚ ਵਰਕ ਹੈ ਜੀ। ਸੋ ਟ੍ਰਾਇੰਗਲ ਸ਼ੇਪ ਦਾ ਫਲਾਰ ਦਿੱਤਾ ਹੋਇਆ। ਸੋ ਦੋਨੋਂ ਸਾਈਡ ਆ ਜਿਹੜੇ ਹੈਵੀ ਪੱਲੇ ਆ। ਸੋ ਓਵਰਆਲ ਲੁੱਕ ਹੈ ਜਿਹੜੀ ਇਹਦੀ ਕਾਫੀ ਹੈਵੀ ਹੋ ਜਾਂਦੀ ਹੈ ਜੀ। ਸੋ ਰੂਬੀ ਸ਼ੇਡ ਦੇ ਉੱਪਰ ਇਹ ਜਿਹੜਾ ਬਹੁਤ ਹੀ ਪਿਆਰਾ ਲੱਗਦਾ ਹੈ ਜੀ, ਸਿੱਪੀ ਦੇ ਕਲਰ ਕੰਬੀਨੇਸ਼ਨ, ਔਰ ਤੁਹਾਡਾ ਥੋੜ੍ਹਾ ਚੇਂਜ ਆ ਰਿਹਾ ਵੀਡੀਓ ਦੇ ਵਿੱਚ ਕਲਰ।
ਸੋ ਬਹੁਤ ਹੀ ਬ੍ਰਾਈਟ ਜਿਹਾ ਸ਼ੇਡ ਹੈ ਇਹ, ਬ੍ਰਾਈਟ ਸੋਬਰ ਜਿਹਾ ਰੂਪੀ ਸ਼ੇਡ ਦਾ ਅੱਜ ਕੱਲ੍ਹ ਟ੍ਰੈਂਡ ਵੀ ਹੈ ਜੀ। ਸੋ ਇਸ ਅਗਰ ਤੁਸੀਂ ਮੇਰੇ ਇੰਸਟਾ ਆਈ ਡੀ 'ਤੇ ਜਾਣਾ ਚਾਹੁੰਦੇ ਹਾਂ ਜੀ, ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਯੂਨੀਕ ਕ੍ਰੀਏਸ਼ਨ ਬੁਟੀਕ ਦੇ ਨਾਮ 'ਤੇ ਜਿਹੜਾ ਆਪਣਾ ਪੇਜ ਹੈਗਾ ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ ਡੇਲੀ ਅਪਡੇਟਸ ਦੇਖਣ ਲਈ। ਬਹੁਤ ਸਾਰੇ ਕਸਟਮਰ ਦੀ ਹੀ ਚੋਇਸ ਸੀ ਕਿ ਤੁਸੀਂ ਜਿਹੜਾ ਇੰਸਟਾ 'ਤੇ ਪੇਜ ਜ਼ਰੂਰ ਬਣਾਓਗੇ, ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਸਾਰੀਆਂ ਵੀਡੀਓਜ਼ ਦੇ ਵਿੱਚ ਜਾ ਕੇ ਜਿਹੜਾ ਤੁਹਾਡਾ ਚੈੱਕ ਕਰ ਸਕੀਏ। ਸੋ ਉਹਨਾਂ ਦੀ ਰਿਕੁਐਸਟ 'ਤੇ ਆਪਾਂ ਜਿਹੜਾ ਪੇਜ ਬਣਾਇਆ ਹੈਗਾ ਜੀ, ਤੁਸੀਂ ਉੱਥੇ ਦੇਖ ਸਕਦੇ ਹੋ।